ਸੋ ਭਾਈ ਫਿਲਮ ਵੇਖ ਕੇ ਲਾਲ ਸਿੰਘ ਚੱਡਾ ਕਿਦਾਂ ਲੱਗੀ? ਬਹੁਤ ਵਧੀਆ ਲੱਗੀ ਵੀਰੇ। ਕੀ ਕਹਿਣਾ ਚਾਹੋਗੇ ਫਿਲਮ ਬਾਰੇ? ਬਹੁਤ ਵਧੀਆ ਮੂਵੀ ਹੈ ਵੀਰੇ ਸਭ ਨੂੰ। ਤੇ ਕਿਦਾਂ ਲੱਗੀ ਫਿਲਮ ਲਾਲ ਸਿੰਘ ਚੱਡਾ? ਬਹੁਤ ਵਧੀਆ ਫਿਲਮ ਹੈ। ਅੱਛਾ ਜਿੱਦਾਂ ਵਿਰੋਧ ਹੋ ਰਿਹਾ ਸੀ ਫਿਲਮ ਦਾ ਉਸ ਤੋਂ ਬਾਅਦ ਵੀ ਲੋਕ ਬੇਕਾਰ ਨਾਲੀ ਦਾ ਬਾਜੀ ਦੇ ਵਿੱਚ ਕੁਛ ਹੈ ਹੀ ਨਹੀਂ ਇਦਾਂ ਦਾ। ਵਧੀਆ ਮੋਟੀਵੇਸ਼ਨਲ ਇਮੋਸ਼ਨਲ ਵੀ ਆ, ਰਿਲੇਟਿਵ ਧਰਮ ਦੇ ਨਾਮ ਤੇ ਵੀ ਹੈਗੀ ਆ ਨਾ। ਚਲੋ ਉਹ ਚੀਜ਼ਾਂ ਹੁੰਦੀਆਂ, ਹਰ ਇੱਕ ਦਾ ਹੁੰਦਾ ਹੀ ਅਲੱਗ ਅਲੱਗ ਵੀ ਹੁੰਦੇ ਨੇ। ਬਈ ਕਿੱਦਾਂ ਲੱਗੀ ਫਿਲਮ ਲਾਲ ਸਿੰਘ ਚੱਡਾ? ਬਸ ਯਾਰ ਠੀਕ ਠਾਕ ਜੀ ਉਹ ਆ। ਬਈ ਕਿੱਦਾਂ ਕੀ ਕਹਿਣਾ ਚਾਹੁੰਗੇ ਫਿਲਮ? ਠੀਕ ਹੈ ਫਿਲਮ ਵਧੀਆ। ਅਮੀਰ ਖਾਨ ਦਾ ਕਰੈਕਟਰ ਕਿੰਨਾ ਹੈ? ਨਹੀਂ ਵਧੀਆ ਵਧੀਆ ਵਧੀਆ। ਬਈ ਕੀ ਕਹਿਣਾ ਚਾਹੁੰਗੇ ਫਿਲਮ ਵੇਖ ਕੇ? ਵਧੀਆ। ਮੈਂ ਫਿਲਮ ਵੇਖ ਕੇ ਅਮੇਜ਼ਿੰਗ, ਵੈਰੀ ਨਾਈਸ। ਕੀ ਕਹਿਣਾ ਚਾਹੁੰਗੇ ਫਿਲਮ ਵੇਖ ਕੇ? ਇਟ ਵਾਸ ਗੁੱਡ। ਬਈ ਕਿੱਦਾਂ ਲੱਗੀ ਲਾਲ ਸਿੰਘ? ਬਹੁਤ ਵਧੀਆ ਲੱਗੀ। ਬਹੁਤ ਵਧੀਆ ਜੀ, ਬਹੁਤ ਵਧੀਆ। ਜਿੱਦਾਂ ਕਹਿੰਦਾ ਫਿਲਮ ਦਾ ਵਿਰੋਧ ਵੀ ਹੋ ਰਿਹਾ ਸੀਗਾ, ਤੁਸੀਂ ਉਸ ਬਾਰੇ? ਨਹੀਂ ਨਹੀਂ, ਕੋਈ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਸੀ ਗੱਲ ਵੀ ਤਾਂ ਉਹਦੇ ਵਿੱਚ। ਬਹੁਤ ਵਧੀਆ ਸੀ ਕਰੈਕਟਰ, ਬਹੁਤ ਵਧੀਆ ਸੀ ਐਕਟਿੰਗ, ਬਹੁਤ ਵਧੀਆ ਸੀ। ਦੇਖਣੀ ਚਾਹੀਦੀ ਹੈ ਫਿਲਮ? ਹਾਂਜੀ ਹਾਂ, ਬਿਲਕੁਲ ਦੇਖਣੀ ਚਾਹੀਦੀ ਹੈ। ਫਿਲਮ ਵੇਖ ਕੇ ਆਏ ਲਾਲ ਸਿੰਘ ਚੱਡਾ, ਕਿਵੇਂ ਦੀ ਲੱਗੀ? ਕੀ ਕਹਿਣਾ ਚਾਹੋਗੇ? ਕੀ ਮਤਲਬ ਕਹਾਣੀ ਦੀ ਗੱਲ ਕਰੀ? ਅੱਛੀ ਕਹਾਣੀ, ਵਧੀਆ ਸਟੋਰੀ। ਪੰਜਾਬ ਦੀ ਗੱਲ ਕੀਤੀ ਗਈ? ਹਾਂਜੀ। ਕਿੱਦਾਂ ਲੱਗੀ ਫਿਲਮ? ਵਧੀਆ ਜੀ ਜੀ। ਐਨ ਹੋ? ਹਾਂਜੀ। ਅਮੀਰ ਖਾਨ? ਹਾਂਜੀ। ਕਿਆ ਬਾਤ ਸਰ ਤੁਹਾਡੀ, ਤੁਹਾਡਾ ਦਾੜਾ, ਤੁਹਾਡੀ ਦਸਤਾਰ ਬਾ ਕਮਾਲਾ ਸੋਹਣੀ ਲੱਗਦੀ ਹੈ। ਸੋ ਕੀ ਕਹਿਣਾ ਚਾਹੋਗੇ ਫਿਲਮ ਵੇਖ ਕੇ ਲਾਲ ਸਿੰਘ? ਬਹੁਤ ਵਧੀਆ, ਬਹੁਤ ਵਧੀਆ ਫਿਲਮ। ਲੋਕ ਬਹੁਤ ਕਹਿੰਦੇ ਸੀ ਕਿ ਅਮੀਰ ਖਾਨ ਦਾ ਵਿਰੋਧ ਵੀ ਹੋ ਰਿਹਾ ਸੀ, ਤੁਸੀਂ ਇਸ ਬਾਰੇ? ਨਹੀਂ, ਉਹ ਇੱਕ ਬਿਆਨ ਸੀਗਾ ਉਹਨਾਂ ਦਾ, ਸ਼ਾਇਦ ਉਹ ਸਹੀ ਵੀ ਹੈ। ਅਗਰ ਦੇਸ਼ ਦਾ ਮਾਹੌਲ ਸਹੀ ਨਹੀਂ ਆ ਤਾਂ ਉਹਦੇ ਬਾਰੇ ਬੋਲਣਾ ਜ਼ਰੂਰੀ ਹੈ, ਠੀਕ ਹੈ? ਪਰ ਫਿਲਮ ਬਹੁਤ ਵਧੀਆ, ਐਜ਼ ਏ ਐਕਟਰ ਅਮੀਰ ਖਾਨ ਕਮਾਲ। ਥੈਂਕ ਯੂ ਸਰ। ਬੱਚੇ ਕਿਵੇਂ ਦੀ ਲੱਗੀ ਫਿਲਮ ਵੇਖ ਕੇ ਆਏ ਹੋ ਲਾਲ ਸਿੰਘ ਚੱਡਾ? ਅੱਛੀ ਲੱਗੀ? ਕੀ ਕਹਿਣਾ ਚਾਹੋਗੇ ਫਿਲਮ ਵੇਖ ਕੇ? ਬਹੁਤ ਵਧੀਆ ਮੂਵੀ ਹੈ ਜੀ, ਬਣਨੀਆਂ ਚਾਹੀਦੀਆਂ ਜੀ ਮੂਵੀਆਂ, ਅਮੀਰ ਖਾਨ ਸਾਹਿਬ ਤੋਂ ਇਦਾਂ ਦੀ ਉਮੀਦ ਹੁੰਦੀ ਹੈ ਆਪਾਂ ਨੂੰ। ਬਹੁਤ ਵਧੀਆ ਮੂਵੀ। ਥੈਂਕ ਯੂ ਸਰ। ਕਿਵੇਂ ਕਿਵੇਂ? ਅੱਛੀ ਸਟੋਰੀ ਸੀ। ਕੀ ਕਹਿਣਾ ਚਾਹੋਗੇ ਵੇਖਣੀ ਚਾਹੀਦੀ? ਹਾਂਜੀ ਜ਼ਰੂਰ। ਸੋ ਪਹਿਲੀ ਇਹ ਸੀਗਾ ਜੀ ਫਿਲਮ ਲਾਲ ਸਿੰਘ ਚੱਡਾ ਦਾ ਪਬਲਿਕ ਰਿਵਿਊ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਫਿਲਮ ਸੁਪਰ ਡੁਪਰ ਹਿੱਟ ਜਾ ਰਹੀ ਹੈਗੀ, ਕਹਿ ਸਕਦੇ ਹਾਂ ਕਿ ਲੋਕਾਂ ਦਾ ਬਹੁਤ ਸਾਰਾ ਪਿਆਰ ਮਿਲ ਰਿਹਾ ਫਿਲਮ ਨੂੰ। ਜਿਸ ਤਰੀਕੇ ਦੇ ਨਾਲ ਇਹ ਵਿਖਾਇਆ ਗਿਆ ਸੀਗਾ ਕਿ ਫਿਲਮ ਦਾ ਵਿਰੋਧ ਹੋਏਗਾ, ਇਸ ਤਰ੍ਹਾਂ ਹੋਏਗਾ, ਪਰ ਉੱਦਾਂ ਦੀ ਗੱਲ ਸਾਨੂੰ ਕੋਈ ਵੇਖਣ 'ਚੋਂ ਨਜ਼ਰ ਨਹੀਂ ਆਈ, ਕਿਉਂਕਿ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ। ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਪਿਆਰ ਮਿਲ ਰਿਹਾ ਪੰਜਾਬ ਦੇ ਵਿੱਚ, ਚੰਡੀਗੜ੍ਹ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਪਿਆਰ ਮਿਲ ਰਿਹਾ ਫਿਲਮ ਲਾਲ ਸਿੰਘ ਚੱਡਾ ਨੂੰ। ਤੁਸੀਂ ਅਗਰ ਤੁਸੀਂ ਨਹੀਂ ਫਿਲਮ ਵੇਖੀ ਤਾਂ ਤੁਸੀਂ ਇਹ ਫਿਲਮ ਨੂੰ ਜ਼ਰੂਰ ਵੇਖੋ ਅਤੇ ਸਾਨੂੰ ਆਪਣੀ ਦਓ ਸੱਚੀ ਰਾਏ ਕਿ ਤੁਹਾਨੂੰ ਇਹ ਫਿਲਮ ਕਿੱਦਾਂ ਲੱਗੀ, ਜਾਂ ਜੇ ਵਿਰੋਧ ਹੋਇਆ ਸੀ ਤਾਂ ਕੀ ਸੱਚੀ ਹੋਣਾ ਚਾਹੀਦਾ ਸੀਗਾ। ਸੋ ਆਪਣੀ ਓਪੀਨੀਅਨ ਸਾਨੂੰ ਆਪਣੀ ਰਾਏ ਜ਼ਰੂਰ ਦਿਓ। ਆਪਣੇ ਨਜ਼ਦੀਕੀ ਸਿਨੇਮਾਘਰਾਂ 'ਚ ਜਾਓ ਅਤੇ ਫਿਲਮ ਨੂੰ ਵੇਖੋ ਲਾਲ ਸਿੰਘ ਚੱਡਾ।